ਦਾ ਪਾਠਾਂ ਦੀ ਇਸ ਸੀਰੀਜ਼ ਦੇ ਵਿੱਚ ਆਪਾਂ ਅੱਜ 6ਵੀਂ ਕਲਾਸ ਦਾ ਪਾਠ ਪੜ੍ਹਨ ਜਾ ਰਹੇ ਹਾਂ ਬੇਟਾ। ਭਾਰਤ ਪਹਿਲਾਂ ਅੰਗਰੇਜ਼ਾਂ ਦਾ ਗੁਲਾਮ ਸੀ। ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਦੇ ਵਿੱਚ ਬਹੁਤ ਸਾਰੇ ਦੇਸ਼ ਭਗਤਾਂ, ਸੂਰਬੀਰਾਂ ਅਤੇ ਰਾਜਨੀਤਿਕ ਆਗੂਆਂ ਦੀ ਬੜੀ ਵੱਡੀ ਦੇਣ ਸੀ। ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਦੀਆਂ ਨੀਤੀਆਂ ਅਤੇ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਪ੍ਰਾਪਤ ਕੀਤਾ ਸੀ। ਬੇਟਾ ਤੁਸੀਂ ਜਾਣਦੇ ਹੋ ਕਿੰਨਾ ਕਿੰਨਾ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈਆਂ ਲੜੀਆਂ? ਹਾਂਜੀ ਦੱਸੋ, ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਜਵਾਹਰ ਲਾਲ ਨਹਿਰੂ, ਹਾਂਜੀ ਸੁਭਾਸ਼ ਚੰਦਰ ਬੋਸ, ਹੋਰ ਵੀ ਬਹੁਤ ਸਾਰੇ ਆਜ਼ਾਦੀ ਦੇ ਘੁਲਾਟੀਏ ਸੀ ਜਿਨ੍ਹਾਂ ਨੇ ਆਪਣੇ ਆਪਣੇ ਤਰੀਕੇ ਨਾਲ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਅਤੇ ਜਿਨ੍ਹਾਂ ਦੇ ਯਤਨਾਂ ਦੇ ਸਦਕਾ ਸਾਡਾ ਦੇਸ਼ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਹੋਇਆ ਸੀ। ਬੇਟਾ ਆਪਾਂ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਉਂਦੇ ਹਾਂ, ਪਰ ਆਜ਼ਾਦੀ ਦਾ ਮਤਲਬ ਜਿਹੜਾ ਉਹ ਉਦੋਂ ਹੀ ਸਮਝ ਆਉਂਦਾ ਜਦੋਂ ਕੋਈ ਗੁਲਾਮ ਰਿਹਾ ਹੋਵੇ। ਭਾਰਤ ਨੇ ਬਹੁਤ ਲੰਬਾ ਸਮਾਂ ਵਿਦੇਸ਼ੀ ਤਾਕਤਾਂ ਦੀ ਗੁਲਾਮੀ ਜਿਹੜੀ ਆ ਉਹ ਬਰਦਾਸ਼ਤ ਕੀਤੀ ਸੀ ਅਤੇ ਅਜਿਹੇ ਦੇਸ਼ ਭਗਤਾਂ, ਸੂਰਬੀਰਾਂ ਅਤੇ ਰਾਜਨੀਤਿਕ ਨੇਤਾ ਜਿਹੜੇ ਆ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਆਜ਼ਾਦੀ ਪ੍ਰਾਪਤ ਕੀਤੀ ਸੀ। ਅਜਿਹੀ ਇੱਕ ਸ਼ਖਸੀਅਤ ਦੀ ਜੀਵਨੀ ਜਿਹੜੀ ਆ ਸਾਡੀ ਪਾਠ ਪੁਸਤਕ ਦੇ ਵਿੱਚ ਦਰਜ ਹੈ, ਅੱਜ ਆਪਾਂ ਉਹ ਪਾਠ ਪੜ੍ਹਾਂਗੇ। ਸਾਡਾ ਪਾਠ ਆ ਪਾਠ ਨੰਬਰ 3, ਮਹਾਤਮਾ ਗਾਂਧੀ। ਮਹਾਤਮਾ ਗਾਂਧੀ ਬਾਰੇ ਤੁਸੀਂ ਬਹੁਤ ਕੁਝ ਜਾਣਦੇ ਹੀ ਹੋ ਕਿ ਕਿਵੇਂ ਉਹਨਾਂ ਨੇ ਅਹਿੰਸਾ ਦੇ ਮਾਰਗ 'ਤੇ ਚੱਲ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ। ਅੱਜ ਅਸੀਂ ਉਹਨਾਂ ਦੇ ਜੀਵਨ ਬਾਰੇ ਕੁਝ ਕੁ ਝਲਕੀਆਂ ਜਿਹੜੀਆਂ ਸਾਡੇ ਇਸ ਪਾਠ ਦੇ ਵਿੱਚ ਪੇਸ਼ ਕੀਤੀਆਂ ਗਈਆਂ ਉਹਨਾਂ ਬਾਰੇ ਜਾਣਕਾਰੀ ਲਵਾਂਗੇ। ਬੇਟਾ ਧਿਆਨ ਨਾਲ ਸੁਣਨਾ ਤੁਸੀਂ ਸਾਰਿਆਂ ਨੇ, ਉਸ ਤੋਂ ਬਾਅਦ ਜਿਹੜੇ ਆ ਉਹ ਪ੍ਰਸ਼ਨ ਉੱਤਰ ਵੀ ਕਰਾਂਗੇ ਆਪਾਂ। ਹਾਂਜੀ, ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਪੂਰਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਸੀ। ਉਹਨਾਂ ਦਾ ਜਨਮ 2 ਅਕਤੂਬਰ 1869 ਈਸਵੀ ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਹੋਇਆ। ਕਿੱਥੇ ਹੋਇਆ ਸੀ ਬੇਟਾ ਜਨਮ ਉਹਨਾਂ ਦਾ? ਗੁਜਰਾਤ ਦੇ ਪੋਰਬੰਦਰ ਵਿੱਚ। ਅਤੇ ਕਦੋਂ ਹੋਇਆ? 2 ਅਕਤੂਬਰ 1869 ਈਸਵੀ। ਜਦੋਂ ਉਹਨਾਂ ਦਾ ਜਨਮ ਹੋਇਆ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ। ਗਾਂਧੀ ਜੀ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਦੀ ਅਗਵਾਈ ਕੀਤੀ। ਅਗਵਾਈ ਦਾ ਮਤਲਬ ਬੇਟਾ ਸਮਝਦੇ ਹੋ? ਦੂਜਿਆਂ ਨੂੰ ਰਸਤਾ ਦਿਖਾਉਣਾ ਕਿ ਇਸ ਰਸਤੇ 'ਤੇ ਚੱਲੋ ਅਤੇ ਅਸੀਂ ਜਿਹੜਾ ਉਹ ਆਪਣੀ ਮੰਜ਼ਿਲ ਦੇ ਵਿੱਚ ਸਫਲ ਹੋ ਸਕਦੇ ਹਾਂ, ਮੰਜ਼ਿਲ ਦੀ ਪ੍ਰਾਪਤੀ ਕਰ ਸਕਦੇ ਹਾਂ, ਲਕਸ਼ ਦੇ ਵੱਲ ਵੱਧ ਸਕਦੇ ਹਾਂ। ਉਹਨਾਂ ਦੇ ਵਿਚਾਰ ਬੜੇ ਉੱਚੇ ਅਤੇ ਸੁੱਚੇ ਸਨ। ਉਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ। ਬੇਟਾ ਕਹਿਣੀ ਅਤੇ ਕਰਨੀ ਦਾ ਕੀ ਮਤਲਬ ਆ? ਕਿ ਜਿਸ ਤਰ੍ਹਾਂ ਦਾ ਅਸੀਂ ਕਹਿਣਾ ਉਸੇ ਤਰ੍ਹਾਂ ਦਾ ਹੀ ਅਸੀਂ ਕਰਨਾ। ਇਹ ਨਹੀਂ ਹੋਣਾ ਚਾਹੀਦਾ ਕਿ ਗੱਲਾਂ ਕਹਿਣ ਨੂੰ ਕੁਝ ਹੋਰ ਕਰੀ ਜਾਈਏ ਅਤੇ ਜਦੋਂ ਉਹਨਾਂ ਗੱਲਾਂ 'ਤੇ ਅਮਲ ਕਰਨ ਦੀ ਵਾਰੀ ਆਏ ਤਾਂ ਅਸੀਂ ਸਾਰਾ ਕੁਝ ਭੁੱਲ ਜਾਈਏ। ਅਜਿਹਾ ਨਹੀਂ ਹੋਣਾ ਚਾਹੀਦਾ। ਮਹਾਤਮਾ ਗਾਂਧੀ ਜੀ ਦੇ ਕਹਿਣੀ ਅਤੇ ਕਰਨੀ ਦੇ ਵਿੱਚ ਕੋਈ ਅੰਤਰ ਨਹੀਂ ਸੀ। ਉਹ ਸਭ ਮਨੁੱਖਾਂ ਨੂੰ ਇੱਕ ਸਮਾਨ ਸਮਝਦੇ ਸਨ। ਉਹਨਾਂ ਦੇ ਮਨ ਵਿੱਚ ਕਿਸੇ ਧਰਮ ਬਾਰੇ, ਕਿਸੇ ਜਾਤ ਬਾਰੇ ਕੋਈ ਬੁਰੀ ਭਾਵਨਾ ਨਹੀਂ ਸੀ। ਉਹਨਾਂ ਨੇ ਸੱਚਾਈ ਅਤੇ ਅਹਿੰਸਾ ਦਾ ਮਾਰਗ ਚੁਣਿਆ ਅਤੇ ਜੀਵਨ ਭਰ ਇਸੇ ਹੀ ਰਸਤੇ 'ਤੇ ਚੱਲਦੇ ਰਹੇ। ਆਪਣੇ ਮਹਾਨ ਵਿਚਾਰਾਂ ਕਰਕੇ ਹੀ ਉਹ ਮਹਾਤਮਾ ਬਣੇ। ਸਾਰਾ ਦੇਸ਼ ਅੱਜ ਵੀ ਉਹਨਾਂ ਨੂੰ ਬਾਪੂ ਦੇ ਨਾਂ ਨਾਲ ਯਾਦ ਕਰਦਾ ਹੈ। ਗਾਂਧੀ ਜੀ ਜਦੋਂ ਛੋਟੇ ਸਨ ਤਾਂ ਉਹਨਾਂ ਨੂੰ ਹਰੀਸ਼ ਚੰਦਰ ਨਾਟਕ ਦੇਖਣ ਦਾ ਮੌਕਾ ਮਿਲਿਆ। ਗਾਂਧੀ ਜੀ ਹਰੀਸ਼ ਚੰਦਰ ਦੇ ਚਰਿੱਤਰ ਤੋਂ ਬਹੁਤ ਪ੍ਰਭਾਵਿਤ ਹੋਏ। ਰਾਜਾ ਹਰੀਸ਼ ਚੰਦਰ ਨੇ ਆਪਣੇ ਮੁਸੀਬਤ ਭਰੇ ਦਿਨਾਂ ਵਿੱਚ ਵੀ ਸੱਚਾਈ ਦਾ ਆਸਰਾ ਹੀ ਲਿਆ ਸੀ। ਹਰੀਸ਼ ਚੰਦਰ ਦੇ ਸੱਤਿਆਵਾਦੀ ਸੁਭਾਅ ਦਾ ਗਾਂਧੀ ਜੀ ਦੇ ਮਨ ਉੱਤੇ ਡੂੰਘਾ ਅਸਰ ਹੋਇਆ। ਬੇਟਾ ਸੱਤਿਆਵਾਦੀ ਦਾ ਮਤਲਬ ਹੁੰਦਾ
हमेशा सच्चाई दे रस्ते उपर ही चलना। वह सोचन लई मजबूर हो गए कि सारे व्यक्ति हरीश चंद्र वर्गे सत्यावादी क्यों नहीं बन सकते। हरीश चंद्र दी सच्चाई गांधी जी की प्रेरणा स्रोत बनी। इस सच्चाई का उन्होंने जिंदगी भर लड़फड़ी रखिया। उन्हों का विश्वास सी कि रब ही सच ही रब है। गांधी जी के मन से सरवण की पितरी भगती का भी बहुत प्रभाव पिया। बेटा सरवण बारे जानते हो ना तुसी? वो एक आज्ञाकारी पुत्र सी। उन्होंने अपने अन्ने माता पिता की सेवा की सी। उन्होंने तीर्थ यात्रा करवाते हुए अपनी जान दे दी सी। उस दे बिरध नेत्रहीन सरवण एक आज्ञाकारी पुत्र सी। उस दे बिरध नेत्रहीन माँ बाप तीर्थ यात्रा करन दी इच्छा रखते सन। तीर्थ यात्रा का मतलब बेटा समझते हो? तीर्थ यात्रा का मतलब हुंदा धार्मिक स्थानां दी यात्रा करना। सरवण ने अपने मापिया की इच्छा पूरी करने लई एक वहंगी बनवाई। उसने अपने मापिया नूं वहंगी विच बिठाया ते तीर्थां ते चल पिया। गांधी जी माता पिता की सेवा नूं परम धर्म मानते सन। उन्हां दा मत सी कि बच्चों नूं महापुरशां दीआं जीवनियां तों प्रेरणा लैनी चाहीदी है। जदों गांधी जी स्कूल विच पढ़दे सन तां उन्हां दे स्कूल विच एक इंस्पैक्टर निरीक्षण करन आए। उन्होंने बच्चों की लियाकत परखण लई श्रेणी विच विद्यार्थियों नूं कुछ शब्द जोड़ लिखण लई कहा। गांधी जी ने पांच शब्द जोड़ां विचों एक शब्द जोड़ गलत लिखिया। उन्होंने हाँ बेटा इत्थे उन्हां दे आउणा उन्होंने अध्यापक ने नाल दे सहपाठी दे ठीक शब्द जोड़ दी नकल करन दा इशारा किया तां जो अपनी गलती ठीक कर लैन, पर उन्होंने अजिहा नहीं किया। गांधी जी ने बचपन विच ही महसूस कर लिया सी कि नकल करना ठीक नहीं। नकल करके असी अपने आप नूं ही धोखा दिंदे हां। बेटा एक होर गल आपां सिखीए ना, हुण सानूं कदी भी नकल नहीं करनी चाहीदी। नकल दा कदी आसरा नहीं लैणा चाहीदा। सानूं सारा काम अपने आप याद करना चाहीदा है ते अपनी ईमानदारी दे नाल ही उसनूं लिखना चाहीदा है। गांधी जी अपने असूलों के बड़े पक्के सन अते दृढ़ इरादा रखते सन। जदों गांधी जी उच्च सिक्ख्या लई इंग्लैंड जाण लगे तो उन्हां दी माता ने वचन लिया कि वह कदे मांस ते शराब का सेवन नहीं करनगे। गांधी जी कदे भी अपने इस वचन तो थिड़के नहीं। उन्होंने अपने दोस्तों मित्रां दे कहण ते भी कदी शराब अते मांस का सेवन नहीं किया। गांधी जी ने अपने कोल तीन बांदरां दी मूर्तियां रखियां होईयां सन। एक बांदर ने अपने मूँह ते हथ रख्या होया सी, दूजे ने अपनी अखां ते हथ रख्या होया सी ते तीजे बांदर ने अपने कन्नां ते हथ रख्या होया सी। पहला बांदर किसे लई बुरा ना बोलण दा संदेश दिंदा है, दूजा बुराई ना देखण दा संदेश दिंदा है, तीजा बांदर बुराई ना सुनण दा संदेश दिंदा है। गांधी जी ने दे सिद्धांत भी इस प्रकार दे ही सन। वो जीवन भर दे दोष किसी दे दोष सुन देखण जां बोलण लई तैयार नहीं होए। ठीक है बेटा, उन्होंने तीन जिहड़ियां मूर्तियां रखियां होईयां सी उन्हां मूर्तियां दे विचों एक ने अपने मूँह ते हथ रख्या, एक ने अखां ते एक ने अपने कन्नां ते हथ रख्या सी। मूँह ते हथ तां रख्या कि सानूं कदी किसी नूं बुरा नहीं बोलना चाहीदा। अखां ते हथ इस करके रख्या होया सी कि सानूं कदी भी बुरियाई जां बुरी चीज़ नहीं देखनी चाहीदी, ते कन्नां ते हथ इस करके रख्या सी कि सानूं किसी की निंदा चुगली किसी की बुराई नहीं सुननी चाहीदी। ठीक है बेटा, गांधी जी ने देश नूं आज़ाद करवाउण लई अहिंसा का मार्ग चुनिया। उन्होंने सत्याग्रह किए, विदेशी वस्तां का त्याग किया, देसी वस्तां वरतण का अंदोलन चलाया। अपने इन्हां गुणां करके ही गांधी जी नूं सफलता प्राप्त होई। उन्होंने लोगों के दिलों पर राज किया। निरस्वार्थ देश की सेवा करके राष्ट्रपिता होने का माण प्राप्त किया। ठीक है बेटा, आप महात्मा गांधी जी नूं बापू कह के पुकारते हैं, बापू गांधी कहते हैं। इस करके कहने हैं क्योंकि उन्हां दीआं नीतियां जिहड़ियां बहुत चंगीआं सी। उन्होंने देश नूं आज़ाद करवाउण लई बहुत कोशिशां कीतीआं
ਅਤੇ ਸਾਰਾ ਦੇਸ਼ ਜਿਹੜਾ ਉਹਨਾਂ ਨੂੰ ਪਿਤਾ ਸਮਾਨ ਸਮਝਦਾ ਸੀ, ਇਸ ਲਈ ਸਾਰੇ ਉਹਨਾਂ ਨੂੰ ਬਾਪੂ ਗਾਂਧੀ ਦੇ ਨਾਂ ਨਾਲ ਜਾਣਦੇ ਹਨ। ਗਾਂਧੀ ਜੀ ਦੀਆਂ ਨੀਤੀਆਂ ਨੂੰ ਹੁਣ ਸਾਰਾ ਵਿਸ਼ਵ ਮਾਣ ਸਨਮਾਨ ਦੇ ਰਿਹਾ ਹੈ। ਉਹਨਾਂ ਨੂੰ ਵਿਸ਼ਵ ਪੱਧਰ 'ਤੇ ਅਹਿੰਸਾਵਾਦੀ ਹੋਣ ਦਾ ਮਾਣ ਦਿੰਦਿਆਂ ਹੋਇਆਂ ਉਹਨਾਂ ਦੀ ਜਨਮ ਮਿਤੀ 2 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਵੱਲੋਂ ਕੌਮਾਂਤਰੀ ਅਹਿੰਸਾ ਦਿਵਸ ਵਜੋਂ ਮਨਾਉਣਾ ਐਲਾਨਿਆ ਗਿਆ ਹੈ। ਗਾਂਧੀ ਜੀ ਭਾਰਤ ਦਾ ਚਾਨਣ ਮੁਨਾਰਾ ਹਨ, ਸਾਨੂੰ ਉਹਨਾਂ ਦੇ ਪੂਰਨਿਆਂ 'ਤੇ ਚੱਲਣਾ ਚਾਹੀਦਾ ਹੈ। ਬੇਟਾ ਸਾਨੂੰ ਵੀ ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਉਹਨਾਂ 'ਤੇ ਅਮਲ ਕਰਨਾ ਚਾਹੀਦਾ ਅਤੇ ਉਹਨਾਂ ਵਰਗੇ ਚੰਗੇ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬੇਟਾ ਅੱਗੇ ਆਪਾਂ ਇਹਦੀ ਅਭਿਆਸ 'ਤੇ ਪ੍ਰਸ਼ਨ ਉੱਤਰ ਕਰਾਂਗੇ। ਮਹਾਤਮਾ ਗਾਂਧੀ ਦਾ ਪੂਰਾ ਨਾਂ ਕੀ ਸੀ? ਬੇਟਾ ਪੜ੍ਹਿਆ ਨਾ ਪਾਉਣੇ, ਮੋਹਨਦਾਸ ਕਰਮਚੰਦ ਗਾਂਧੀ ਸੀ। ਗਾਂਧੀ ਜੀ ਨੇ ਕਿਹੜਾ ਮਾਰਗ ਚੁਣਿਆ? ਮਹਾਤਮਾ ਗਾਂਧੀ ਜੀ ਨੇ ਅਹਿੰਸਾ ਦਾ ਮਾਰਗ ਚੁਣਿਆ। ਮਹਾਤਮਾ ਗਾਂਧੀ ਜੀ ਨੇ ਬਚਪਨ ਵਿੱਚ ਕਿਹੜਾ ਨਾਟਕ ਦੇਖਿਆ ਸੀ? ਕਿਹੜਾ ਨਾਟਕ ਦੇਖਿਆ ਸੀ ਬੇਟਾ? ਰਾਜਾ ਹਰੀਸ਼ ਚੰਦਰ। ਅਤੇ ਉਹਨਾਂ ਦੇ ਮਨ ਉੱਤੇ ਉਸ ਨਾਟਕ ਦਾ ਕਿਹੋ ਜਿਹਾ ਪ੍ਰਭਾਵ ਪਿਆ? ਉਹਨਾਂ ਦੇ ਮਨ ਉੱਤੇ ਉਸ ਨਾਟਕ ਦਾ ਬਹੁਤ ਚੰਗਾ ਪ੍ਰਭਾਵ ਪਿਆ। ਉਹ ਰਾਜਾ ਹਰੀਸ਼ ਚੰਦਰ ਜੀ ਦੇ ਸੱਤਿਆਵਾਦੀ ਸੁਭਾਅ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਵੀ ਅੱਗੇ ਤੋਂ ਸੱਚ ਦਾ ਲੜ ਫੜ ਲਿਆ ਅਤੇ ਕਦੀ ਵੀ ਉਹਨੂੰ ਸਾਰੀ ਉਮਰ ਨਹੀਂ ਛੱਡਿਆ। ਗਾਂਧੀ ਜੀ ਦੇ ਮਨ ਉੱਤੇ ਸਰਵਣ ਦੀ ਪਿੱਤਰੀ ਭਗਤੀ ਦਾ ਕੀ ਅਸਰ ਹੋਇਆ? ਹਾਂ, ਉਹਨਾਂ ਨੇ ਸਰਵਣ ਬਾਰੇ ਪੜ੍ਹਿਆ ਸੀ, ਸੁਣਿਆ ਸੀ ਕਿ ਕਿਸ ਤਰ੍ਹਾਂ ਉਹ ਆਪਣੇ ਅੰਨੇ ਨੇਤਰਹੀਣ ਮਾਤਾ ਪਿਤਾ ਨੂੰ ਇੱਕ ਵਹਿੰਗੀ ਵਿੱਚ ਬਿਠਾ ਕੇ ਉਹਨਾਂ ਨੂੰ ਤੀਰਥ ਯਾਤਰਾ 'ਤੇ ਲੈ ਗਿਆ ਅਤੇ ਉਹਨਾਂ ਦੀ ਸੇਵਾ ਦੇ ਵਿੱਚ ਹੀ ਆਪਣੀ ਜਾਨ ਜਿਹੜੀ ਦੇ ਦਿੱਤੀ। ਇਸ ਲਈ ਉਹ ਵੀ ਆਪਣੇ ਮਾਤਾ ਪਿਤਾ ਦੀ ਹਰ ਗੱਲ ਨੂੰ ਮੰਨਦੇ ਸਨ। ਅਤੇ ਉਹਨਾਂ ਅੱਗੇ ਆਪਣਾ ਪ੍ਰਸ਼ਨ ਪੜ੍ਹਾਂਗੇ ਕਿ ਉਹਨਾਂ ਨੇ ਆਪਣੀ ਮਾਂ ਨੂੰ ਜਿਹੜਾ ਵਚਨ ਦਿੱਤਾ ਅਤੇ ਉਹਨੂੰ ਕਿਵੇਂ ਨਿਭਾਇਆ ਸੀ। ਗਾਂਧੀ ਜੀ ਨੇ ਸਕੂਲ ਵਿੱਚ ਨਕਲ ਕਿਉਂ ਨਹੀਂ ਕੀਤੀ? ਗਾਂਧੀ ਜੀ ਨਕਲ ਨੂੰ ਚੰਗਾ ਨਹੀਂ ਸਮਝਦੇ ਸਨ। ਠੀਕ ਹੈ, ਉਹਨਾਂ ਦਾ ਮੰਨਣਾ ਸੀ ਕਿ ਸਾਨੂੰ ਨਕਲ ਨਹੀਂ ਕਰਨੀ ਚਾਹੀਦੀ ਕਿਉਂਕਿ ਨਕਲ ਕਰਨ ਵਾਲਾ ਆਪਣੇ ਆਪ ਨੂੰ ਹੀ ਧੋਖਾ ਦੇ ਰਿਹਾ ਹੁੰਦਾ ਹੈ। ਮਹਾਤਮਾ ਗਾਂਧੀ ਜੀ ਨੇ ਆਪਣੀ ਮਾਂ ਨੂੰ ਕਿਹੜਾ ਵਚਨ ਦਿੱਤਾ ਸੀ? ਮਹਾਤਮਾ ਗਾਂਧੀ ਜੀ ਨੇ ਆਪਣੀ ਮਾਂ ਨੂੰ ਵਚਨ ਦਿੱਤਾ ਸੀ ਕਿ ਉਹ ਕਦੀ ਵੀ ਮਾਸ ਅਤੇ ਸ਼ਰਾਬ ਦੀ ਵਰਤੋਂ ਨਹੀਂ ਕਰਨਗੇ ਅਤੇ ਉਹਨਾਂ ਨੇ ਸਾਰੀ ਉਮਰ ਇਸ ਵਚਨ ਨੂੰ ਨਿਭਾਇਆ। ਉਹਨਾਂ ਦੇ ਦੋਸਤਾਂ ਨੇ, ਮਿੱਤਰਾਂ ਨੇ ਉਹਨਾਂ ਨੂੰ ਮਾਸ ਸ਼ਰਾਬ ਲਈ ਜ਼ੋਰ ਦਿੱਤਾ ਪਰ ਇਹਨਾਂ ਨੇ ਕਦੀ ਵੀ ਉਹਦਾ ਸੇਵਨ ਨਹੀਂ ਕੀਤਾ। ਮਹਾਤਮਾ ਗਾਂਧੀ ਜੀ ਦੇ 3 ਬਾਂਦਰ ਕੀ ਸਿੱਖਿਆ ਦਿੰਦੇ ਹਨ? ਮਹਾਤਮਾ ਗਾਂਧੀ ਜੀ ਦੇ 3 ਬਾਂਦਰ ਸਿੱਖਿਆ ਦਿੰਦੇ ਹਨ ਕਿ ਸਾਨੂੰ ਨਾ ਤਾਂ ਸਾਨੂੰ ਮਾੜਾ ਦੇਖਣਾ ਚਾਹੀਦਾ ਹੈ, ਨਾ ਹੀ ਮਾੜਾ ਸੁਣਨਾ ਚਾਹੀਦਾ ਹੈ ਅਤੇ ਨਾ ਹੀ ਮਾੜਾ ਬੋਲਣਾ ਚਾਹੀਦਾ, ਕਿਉਂਕਿ ਉਹਨਾਂ ਨੇ ਆਪਣੇ ਅੱਖਾਂ 'ਤੇ, ਮੂੰਹ 'ਤੇ ਅਤੇ ਕੰਨਾਂ 'ਤੇ ਜਿਹੜੇ ਹੱਥ ਰੱਖੇ ਹੋਏ ਸੀ, ਇਹਨਾਂ ਦਾ ਇਹੀ ਮਤਲਬ ਸੀ। ਠੀਕ ਹੈ ਬੇਟਾ, ਉਸੇ ਤਰ੍ਹਾਂ ਹੀ ਪਾਠ ਦੇ ਆਧਾਰ 'ਤੇ ਤੁਸੀਂ ਖਾਲੀ ਥਾਵਾਂ ਕਰ ਲੈਣੀਆਂ। ਇਹਨਾਂ ਦੀ ਤੁਹਾਨੂੰ PDF ਫਾਈਲ ਭੇਜ ਦਿੱਤੀ ਗਈ ਹੈ ਗਰੁੱਪ ਵਿੱਚ। ਅਹਿੰਸਾ, ਮੁਸੀਬਤ, ਗੁਲਾਮ, ਵਹਿੰਗੀ, ਸਹਿਪਾਠੀ, ਅਧਿਆਪਕ, ਇਹਨਾਂ ਸਾਰੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤਣਾ। ਠੀਕ ਹੈ ਬੇਟਾ, ਇਹ ਸਾਰਾ ਕੰਮ ਕਰ ਲੈਣਾ ਅਤੇ ਲਿਖ ਕੇ ਯਾਦ ਵੀ ਜ਼ਰੂਰ ਕਰਨਾ। ਓਕੇ।